ਬਣ ਜਾ ਤੂੰ, ਆ ਚੈੱਕ ਕਰ ਕਿਉਂ ਯਾਰ ਟਰਬੋ ਕਹਿੰਦੇ ਖਾ ਸੋਹਣਾ ਹੀ ਲੱਗਦਾ, ਖਾਲੀ ਸੀਗਾ ਪਰਲੇ ਪਾਸੇ ਵੀ ਜਮਾਂ ਹੀ ਸੇਮ। ਇੱਧਰ ਦੇਖੋ, ਲਓ ਜੀ ਰੂਟਾਵੇਟਰ ਪਾ ਲਿਆ, ਚੱਲੀਏ ਫਿਰ ਅੱਜ ਫਿਰ ਕਹਿੰਦੇ ਬਾਕੀ ਚੌੜੇ ਟਾਇਰਾਂ ਦਾ ਆ ਵੀ ਫਾਇਦਾ, ਪੂਰੇ ਪੂਰਾ ਟਾਇਰ ਆ, ਉਨਾ ਉਨਾ ਰੂਟਾਵੇਟਰ ਆ, ਅੱਠ ਫੁੱਟਾ ਰੂਟਾਵੇਟਰ ਆ। ਇੱਥੇ ਬੱਟ ਜੀ ਪਈ ਹੋਈ ਆ ਡਬਲ, ਆ ਟਾਇਰਾਂ ਦਾ ਫਾਇਦਾ ਦੇਖੋ ਲੈ, ਬੱਟ ਜੀ ਦਾ ਇਹੀ ਵਾਹੀ ਜਾਂਦੇ ਨੇ। ਤੁਹਾਨੂੰ ਟਰਬੋ ਦਾ ਫਰਕ ਦਿਖਾਉਂਦੇ ਆ, ਪਹਿਲਾਂ ਇਹ ਜਿਵੇਂ ਹੁਣ ਦੂਜੇ ਏਜ ਜਾ ਰਿਹਾ। ਸਵਾਗਤ ਆ ਜੀ ਸਭ ਦਾ ਆਪਣੇ ਹੋਰ ਨਵੇਂ ਵਲੋਗ ਦੇ ਵਿੱਚ। ਕਿੱਧਰ ਬਾੜੀ ਜਾਂਦਾ ਡਰਾਈਵਰ, ਆ ਬੰਦਾ ਬਣ ਜਾ ਤੂੰ, ਆ ਚੈੱਕ ਕਰ ਕਿਉਂ ਯਾਰ ਟਰਬੋ ਕਹਿੰਦੇ ਖਾਸ ਪਿੰਡ ਆ ਕੇ ਦੇ ਕੇ ਗਏ ਨੇ, ਕਹਿੰਦੇ ਸਟਿੱਕਰ ਚਾਹੀ ਦੋ ਚਾਰ ਦੇ ਕੇ ਦੋਨਾਂ 'ਤੇ ਦੋ ਦੋ ਲਾ ਦੇਣੇ ਆ। ਬੁੜੀ ਵਾਲੇ ਲਈ ਵੀ ਮੈਂ ਫੜ ਲਿਆ ਸੀ ਕੱਲ੍ਹ, ਬਾਕੀ ਆ ਜਾ ਦੇਖ ਕਿਹੜੀ ਥਾਂ ਇਹਨੂੰ ਖੜਾ ਦੇ, ਇਹਨੂੰ ਇੱਥੇ ਕਿਹੜੀ ਥਾਂ ਘੈਂਟ ਲੱਗੂ ਵੀ। ਹਾਂਜੀ ਅਤੇ ਕਹਿੰਦੇ ਜੀ ਐਸ ਟਰਬੋ ਮੋਗੇ ਵਾਲੇ ਖਾਸ ਕਹਿੰਦੇ ਪਿੰਡ ਫੜਾ ਕੇ ਗਏ ਆਪਾਂ ਨੂੰ ਸਟਿੱਕਰ, ਅਤੇ ਅੱਜ ਲਾ ਦੇਣਾ ਆਪਾਂ ਗ੍ਰੀਨ ਹਾਊਸ, ਕਿਉਂਕਿ ਜਦੋਂ ਆਪਾਂ ਟਰਬੋ ਇਹਦੇ ਲਵਾਈ ਸੀਗੀ ਉਦੋਂ ਹਜੇ ਸਟਿੱਕਰ ਬਣਾਏ ਨਹੀਂ ਸੀਗੇ। ਕਰ ਦਈਏ ਅਤੇ ਇੱਥੇ ਜਮਾਂ ਹੀ ਸਿੱਧਾ ਰੱਖ ਕੇ ਸਿੱਧਾ ਚਲ ਇੱਕ ਉਧਰ ਲਾਉਣਾ ਵਾ, ਇੱਕ ਪਰਦੇ ਪਾਸੇ ਲਾ ਦੇਣਾ। ਟੋਟਲ ਆਪਣੇ ਕੋਲ ਚਾਰ ਸਟਿੱਕਰ ਨੇ, ਦੋਨੇ ਰੈਡਰਾਂ ਦੇ ਦੋ ਦੋ ਲਾ ਦੇਣਾ, ਗ੍ਰੀਨ ਹਾਊਸ ਇੱਕ ਗੁਰੀ ਵਾਲੇ ਦੇ ਅੱਗੇ ਦਿੱਤੇ, ਦੋਨਾਂ ਦੇ ਦੋ ਦੋ ਲਾ ਦੇਣੇ, ਇੱਕ ਇੱਧਰ ਲਾ ਦੇਣਾ। ਦੇਖੋ ਜੀ ਕਹਿੰਦੇ ਫਿਟਿੰਗ ਕਰਤੀ, ਫਿਟਿੰਗ ਦਾ ਚੱਲ ਕਰਦੀ ਸੀਗੀ, ਸਟਿੱਕਰ ਹੀ ਸੀਗੇ ਇਹ ਤਾਂ ਲਾਉਣੀ ਸੀ। ਸੋਹਣਾ ਹੀ ਲੱਗਦਾ, ਖਾਲੀ ਸੀਗਾ ਪਰਲੇ ਪਾਸੇ ਵੀ ਜਮਾਂ ਹੀ ਸੇਮ। ਇੱਧਰ ਦੇਖੋ ਦੇਖੋ, ਵਿਚਾਲੇ ਵੀ ਆਪਾਂ ਲਾ ਸਕਦੇ ਸੀਗੇ ਪਰ ਫਿਰ ਦੋਨੇ ਪਾਸੇ ਹੁਣ ਸੇਮ ਆ ਨਾ, ਆਏ ਸੋਹਣਾ ਲੱਗਦਾ। ਕਹਿੰਦੇ ਜੀ ਐਸ ਟਰਬੋ ਮੋਗਾ, ਸੋਹਣਾ ਸਟਿੱਕਰ ਬਣਾਇਆ ਬਾਈ ਹੁਣਾਂ ਦਾ, ਕੁਆਲਿਟੀ ਵੀ ਵਧੀਆ ਸਟਿੱਕਰ ਦੀ, ਅਤੇ ਹੈ ਨਾ। ਚੱਲੀਏ ਫਿਰ ਹੁਣ ਗੁਰੀ ਵਾਲੇ 'ਤੇ, ਗੁਰੀ ਵਾਲੇ 'ਤੇ ਦੇਖਦੇ ਹਾਂ, ਉਹ ਤੋਂ ਮੈਂ ਲਾਉਣਾ ਫੋਨ, ਉਹਦੇ ਕੋਲ ਵੀ ਗੇੜਾ ਕੱਢ ਕੇ ਆਵਾਂਗੇ। ਹੁਣ ਡਰਾਈਵਰ ਲੈ ਕੇ ਚੱਲਿਆ ਕਿਤੇ, ਸਲਾਂਸਰ ਦੀ ਫਿਨਿਸ਼ਿੰਗ ਦੱਸ ਫਿਰ, ਮਾਰਦਾ ਲਿਸ਼ਕਾਂ ਹੱਥ ਲਾ ਕੇ ਦੇਖ ਤੂੰ, ਕਹਿੰਦਾ ਹੱਥ ਤਿਲਕਦਾ, ਵਾਲੇ ਫਿੰਗਰ ਪ੍ਰਿੰਟ ਵੀ ਨਾ ਪਾ, ਕੱਲ੍ਹ ਬਹੁਤ ਮਿਲਿਆ ਇਹ। ਮਾਰ ਦੇ ਫਿਰ ਸੈਲਫ, ਤੈਂ ਤਾਂ ਨਹੀਂ ਆਵਾਜ਼ ਸੁਣੀ ਹੈ ਨਾ, ਕਿ ਸੁਣੀ ਆ ਸਲਾਂਸਰ ਦਾ, ਦੇਖੇ ਅੱਜ ਬਹੁਤ ਭਰਮੀ ਆਵਾਜ਼ ਹੋ ਗਈ। ਬਾਕੀ ਲੱਗਦਾ ਕਿਵੇਂ ਆ, ਹਾਈਟ ਜਮਾਂ ਹੀ ਸਹੀ ਆ ਨਾ, ਪਹਿਲਾਂ ਬਹੁਤ ਉੱਚਾ ਸੀਗਾ ਫਿਰ ਅਸੀਂ ਵਧਾਤਾ ਸੀਗਾ, ਹੁਣ ਤਾਂ ਜਮਾਂ ਹੀ ਓਕੇ ਆ। ਬਾਕੀ ਹੁਣ ਚੱਲਦੇ ਹਾਂ ਕਿਸੇ ਪਾਸੇ ਨੇੜੇ ਤੇੜੇ, ਰੀਲਾਂ ਰੂਲਾਂ ਬਣਾਉਂਦੇ ਹਾਂ ਨਾਲੇ, ਕਈ ਦਿਨ ਹੋ ਗਏ ਇਹਨੂੰ ਖੜ੍ਹੇ ਨੂੰ ਰਹੀ। ਲਓ ਜੀ ਪਲੈਨ 'ਚ ਆ ਗਿਆ ਥੋੜ੍ਹਾ ਚੇਂਜ, ਹੁਣ ਅਸੀਂ ਲੱਗੇ ਹਾਂ ਪਾਉਣ ਰੂਟਾਵੇਟਰ। ਹੁਣ ਕਹਿੰਦੇ ਕੰਮ ਜ਼ਿਆਦਾ ਜ਼ਰੂਰੀ ਆ ਹੈ ਨਾ ਡਰਾਈਵਰ, ਉੱਥੇ ਰੀਲਾਂ ਰੂਲਾਂ ਬਣ ਜਾਣਗੀਆਂ, ਹੁਣ ਆਪਾਂ ਪੱਠੇ ਬੀਜਣ ਜਾਣਾ ਇੱਥੇ ਨੇੜੇ ਵਾਲੀ ਮੋਟਰ 'ਤੇ ਆਪਣੇ ਘਰ ਵਾਲੀ 'ਤੇ ਹੀ, ਅਤੇ ਰੂਟਾਵੇਟਰ ਪਾ ਕੇ ਲੈ ਕੇ ਚੱਲਦੇ ਹਾਂ, ਅਤੇ ਹੱਥ ਨਾਲ ਹੀ ਬੀਜਣੇ ਆ ਇਹਦੇ ਨਾਲ, ਆਪਾਂ ਵਾਹੁਣਾ ਹੀ ਆ ਮਸ਼ੀਨ ਇਹਦੀ, ਉਦੋਂ ਹੀ ਪਹਿਲਾਂ ਦੀ ਉਹ ਲੱਗੀ ਹੋਈ ਆ, ਕਣਕ ਮੌਕੇ ਦੀ ਲੱਗੀ ਹੋਈ ਆ ਇਹਦੇ। ਚਲੋ ਫਿਰ ਲੈ ਕੇ ਚੱਲੀਏ, ਅਤੇ ਮਿਲਦੇ ਹਾਂ ਫਿਰ ਤੁਹਾਨੂੰ। ਲਓ ਜੀ ਰੂਟਾਵੇਟਰ ਪਾ ਲਿਆ, ਚੱਲੀਏ ਫਿਰ ਅੱਜ ਫਿਰ ਕਹਿੰਦੇ ਚੱਲ ਕੇ ਬਾਹ ਹੀ ਕਰਦੇ ਹਾਂ ਪੂਰਾ, ਐਨ ਅੱਜ ਰਗੜਨਾ ਆਪਾਂ, ਉਹ ਹੈਗਾ ਥੋੜ੍ਹਾ ਜਿਹਾ ਜਗ੍ਹਾ ਪੱਠਿਆਂ ਵਾਲੀ ਆ ਨਾ, ਅਤੇ ਚੱਲ ਕੇ ਦਿਖਾਉਂਦੇ ਹਾਂ ਫਿਰ ਤੁਹਾਨੂੰ, ਉੱਥੇ ਪਹੁੰਚ ਕੇ ਮਿਲਦੇ ਹਾਂ ਮੋਟਰ 'ਤੇ, ਹੱਥ ਉੱਥੇ ਧੋ ਲਈਏ ਹੈ ਨਾ। ਲਓ ਜੀ ਕਹਿੰਦੇ ਪਹੁੰਚ ਗਿਆ ਮੋਟਰ 'ਤੇ, ਸਾਹਮਣੇ ਕਹਿੰਦੇ ਵੱਡੀ ਸੜਕ ਲੰਘਦੀ ਆ, ਕਿਉਂ ਡਰਾਈਵਰਾਂ, ਬਾਕੀ ਆਪਾਂ ਇੱਧਰ ਆ ਦੋ ਕਿਆਰੇ ਵਾਹੁਣੇ ਆ ਗੰਨੇ ਦੇ ਨਾਲ ਵਾਲੇ, ਅਤੇ ਇੱਥੇ ਜਮੀ ਬੀਜੀ ਹੋਈ ਸੀਗੀ, ਜਮੀ ਵੱਢ ਲਈ ਸੀ ਅਤੇ ਹੁਣ ਇੱਥੇ ਆਪਾਂ ਪੱਠੇ ਬੀਜਣੇ ਆ। ਬਾਕੀ ਕਣਕ ਇੱਥੋਂ ਵੱਢ ਕੇ ਲੈ ਗਏ ਜੀ ਆਪੇ, ਉਸ ਦਿਨ ਆਪਾਂ ਹੈ ਨਹੀਂ ਸੀਗੇ, ਆਪਾਂ ਗਏ ਹੋਏ ਸੀ ਕੰਮ, ਅਤੇ ਲੱਗਦੇ ਹਾਂ ਫਿਰ ਹੁਣ ਕਰਦੇ ਹਾਂ ਸਟਾਰਟ, ਦਿਖਾਉਂਦੇ ਹਾਂ ਫਿਰ ਤੁਹਾਨੂੰ। ਆਹ ਦੇਖੋ ਆਹ ਵਾਲਾ ਵਾਹੁਣਾ, ਆਹ ਦੋ ਕਿਆਰੇ ਨੇ,
ਡਰਾਈਵਰ ਉੱਪਰ ਦੇਖਿਓ ਉੱਪਰ ਨਾ ਫਾਜੀ ਇੱਦਾਂ ਕਰਕੇ ਕੱਢਾਂਗੇ। ਬਾਕੀ ਇੱਧਰ ਗੰਨਾ ਲੱਗਿਆ ਹੋਇਆ, ਇਹ ਗੰਨੇ ਦਾ ਆਪਾਂ ਗੁੜ ਬਣਾਇਆ ਸੀਗਾ, ਇਹ ਆਹ ਵਾਹ ਵਾਲੇ ਦੋਨੇ ਪਾਉਣੇ ਆ। ਕਰਦੇ ਆ ਫਿਰ ਕੰਮ ਸਟਾਰਟ, ਡਰਾਈਵਰ ਹੋ ਜੂ ਰੀਲੋ ਰੀਲੀ, ਆਪਾਂ ਹੋ ਜਾਵਾਂਗੇ ਵਾਹੋ ਵਾਹੀ। ਕਿਉਂ ਬਾਈ ਆਹ ਦੇਖੋ ਮੇਰੇ ਵੀਰੋ, ਵਾਹ ਆਪਾਂ ਇੰਨੀ ਚਾਲ 'ਤੇ ਚੱਲਣਾ ਅਤੇ ਮਗਰ ਚੱਲੀ ਜਾਂਦਾ। ਬਾਕੀ ਆ ਇੱਧਰਲੇ ਪਾਸੇ ਦੀ ਨਾ ਉਹ ਤਵੀ ਨਿਕਲ ਗਈ ਸੀਗੀ, ਅਤੇ ਉਹ ਪਤਾ ਨਹੀਂ ਉਦੋਂ ਪਿਛਲੇ ਸੀਜ਼ਨ 'ਚ ਟੁੱਟ ਗਈ ਸੀ, ਕੀ ਕਰ ਸਕਦੇ ਹਾਂ। ਚਲੋ ਆਰਲੇ ਪਾਸੇ ਵਾਲੀ ਹੈਗੀ ਆ, ਬਾਕੀ ਜਿੰਨਾ ਕੁ ਰਹਿ ਜੂਗਾ ਇਹਨਾਂ ਨੇ ਮਿੱਧ ਦੇਣਾ ਵਧੀਆ। ਬਾਕੀ ਹੁਣ ਪਾਉਣੇ ਆ ਸਾਰਾ ਪਾਉਣਾ ਆ ਦੋ ਪਿਆਰੇ, ਅਤੇ ਦਿਖਾਉਂਦੇ ਆ ਫਿਰ ਤੁਹਾਨੂੰ। ਇੱਕ ਗੇੜਾ ਲਾ ਤਾ, ਉਹ ਤਾਂ ਦੂਜਾ ਲਾਉਣ ਲੱਗੇ ਹਾਂ। ਤਾਰ ਤੋਂ ਮਸਾਂ ਮਸਾਂ ਨਿਕਲੇ ਛਤਰੀ ਦੇਖੋ, ਇੱਧਰੋਂ ਫਸ ਗਈ ਉੱਧਰ, ਟਰੈਕਟਰ ਫਸ ਗਿਆ ਦੇਖੋ, ਚਲਾ ਫਿਰ ਗਿਆ ਚਾਹ ਵਾਲਾ ਹੁਣ ਹੋ ਗਿਆ ਹੈ ਨਾ ਤਾਂ ਕਰਕੇ। ਕੰਮ ਚੱਲੀ ਜਾਂਦਾ, ਬਾਕੀ ਚੌੜੇ ਟਾਇਰਾਂ ਦਾ ਆਹ ਵੀ ਫਾਇਦਾ, ਪੂਰੇ ਪੂਰਾ ਟਾਇਰ ਆ, ਉਨਾ ਉਨਾ ਰੂਟਾਵੀਟਰ ਆ, 8 ਫੁੱਟਾ ਰੂਟਾਵੀਟਰ ਆ, ਉਹਨੂੰ ਮਤਲਬ ਆਪਣਾ ਹਿੱਸਾ 8 ਫੁੱਟ ਤੋਂ ਵੱਧ ਹੋ ਜੂ ਜਮਾਂ ਹੀ ਪੂਰਾ ਪੂਰਾ, ਜਿੰਨਾ ਟਾਇਰ ਉਨਾ ਰੂਟਾਵੀਟਰ, ਸਹੀ ਬਹਾਈ ਹੋ ਰਹੀ ਆ ਪੂਰੀ ਦੇਖੋ। ਅਤੇ ਬਾਕੀ ਬਸ ਦੋ ਦਿਨ ਗੇੜੇ ਲਾ ਕੇ ਫਿਰ ਬੀਜ ਕੇ ਅਤੇ ਦੁਬਾਰੇ ਫਿਰ ਵਾਹੁਣਾ ਇੱਕ ਵਾਰ ਉੱਤੋਂ ਦੀ, ਅਤੇ ਟਾਈਮ ਲੈਪਸ ਚੈੱਕ ਕਰੋ ਵਰਜੇ ਤੁਸੀਂ, ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਬਸ ਇੱਕ ਗੇੜਾ ਰਹਿ ਗਿਆ, ਉੱਧਰ ਕਹਿੰਦੇ ਬਚਾਈ ਵੀ ਸਟਾਰਟ ਹੋ ਗਈ, ਅਤੇ ਦੁਬਾਰਾ ਆਪਾਂ ਬਸ ਉਹਦਾ ਉੱਪਰ ਦੀ ਦਾ ਹਲਕਾ ਹਲਕਾ ਜਿਹਾ ਗੇੜਾ ਦੇਣਾ ਹੁੰਦਾ, ਇਹ ਵੀ ਅੰਦਰ ਚਲਿਆ ਜਾਵੇ। ਬਾਕੀ ਵਧੀਆ ਚੱਲੀ ਜਾਂਦਾ ਕੰਮ ਪੂਰਾ ਹੈ ਨਾ, ਅਤੇ ਇੱਕ ਗੇੜਾ ਰਹਿ ਗਿਆ ਉਹ ਲਾ ਕੇ ਫਿਰ ਆਪਾਂ ਦੁਬਾਰੇ ਗੇੜਾ ਦੇਣ ਦਾ ਦਿਆਂ ਉੱਪਰ ਦੀ ਦੋਹਰ। ਲਓ ਜੀ ਲਾਸਟ ਗੇੜੇ 'ਤੇ ਆ ਗਏ, ਅਤੇ ਬਸ ਇਹ ਤੋਂ ਬਾਅਦ ਆਹ ਗੇੜਾ ਲਾ ਕੇ ਫਿਰ ਤੁਹਾਨੂੰ ਮਿਲਦੇ ਹਾਂ। ਉਹ ਦੇਖੋ ਸਾਹਮਣੇ ਉੱਧਰ ਚੱਲੀ ਜਾਂਦੀ ਆ ਬਜਾਈ, ਬਸ ਨਿਬੜ ਗਿਆ ਹੁਣ, ਅਤੇ ਤੋਂ ਬਾਅਦ ਉੱਪਰ ਦੀ ਬਾਈਕ ਗੇੜਾ ਲਾ ਕੇ ਫਿਰ ਆਪਾਂ ਵਿਹਲੇ ਹਾਂ ਮਤਲਬ ਦੋਹਰ ਕਰਕੇ। ਲਓ ਜੀ ਬਸ ਲਾਸਟ ਗੇੜਾ ਨਿਬੇੜਤਾ ਆਪਾਂ, ਹੁਣ ਇੱਥੇ ਇੱਕ ਵਾਰ ਲੈ ਕੇ ਜਾਂਦੇ ਹਾਂ ਫਿਰ ਦੋਹਰ ਕਰਨਾ ਸਟਾਰਟ ਕਰਦੇ ਹਾਂ। ਇੱਥੇ ਆ ਬੱਟ ਜੀ ਤਾਂ ਬਣ ਗਈ, ਇੱਥੇ ਬੱਟ ਸੀਗੀ ਦੂਜੀ, ਉਹਦੇ ਕਰਕੇ ਆ ਉੱਪਰ ਜਿਹਨੂੰ ਹੋ ਗਿਆ, ਤਾਂ ਹੀ ਆਪਾਂ ਉੱਪਰ ਦੀ ਗੇੜਾ ਦਿੰਦੇ ਜਾਂਦੇ ਹਾਂ।
ਮੋਹਰ ਸਟਾਰਟ ਕਰ ਲਿਆ ਤੇ ਹੁਣ ਆਪਾਂ ਪੁੱਠਾ ਕਿਹੜਾ ਤਾਂ ਲਾਉਂਦੇ ਹਾਂ ਕਿਉਂਕਿ ਪਰਲੇ ਪਾਸੇ ਤਵੀ ਹੈ ਨਹੀਂ ਗੀ, ਉੱਧਰ ਹੀ ਟੁੱਟੀ ਹੋਈ ਆ, ਇੱਧਰ ਹੈਗੀ ਆ ਤਵੀ, ਤਾਂ ਫਿਰ ਪੁੱਠਾ ਕਿਹੜਾ ਲਾ ਰਹੇ ਹਾਂ। ਬਾਕੀ ਚਲੋ ਫਿਰ ਹੁਣ ਮਿਲਦੇ ਹਾਂ ਤੁਹਾਨੂੰ ਗਾਹਾਂ ਪਾ ਕੇ। ਆਹ ਦੇਖੋ ਮੇਰੇ ਵੀਰੋ, ਇੱਥੇ ਵੱਟ ਜੀ ਪਈ ਹੋਈ ਆ ਡਬਲ, ਆਹ ਟਾਇਰਾਂ ਦਾ ਫਾਇਦਾ ਦੇਖੋ ਲੈ, ਵੱਟ ਜੀ ਦਾ ਇਹੀ ਵਾਹੀ ਜਾਂਦੇ ਨੇ, ਲੋੜ ਹੀ ਰੋਟਾਵੇਟਰ ਦੀ। ਲਓ ਬਈ ਡਰਾਈਵਰਾਂ ਕਾਲ ਆ ਕੇ ਇੱਕ ਹੋਰ ਗੇੜਾ ਰਹਿ ਗਿਆ ਬਸ, ਬਾਕੀ ਹੁਣ ਤੁਹਾਨੂੰ ਟਰਬੋ ਦਾ ਫਰਕ ਦਿਖਾਉਂਦੇ ਹਾਂ। ਪਹਿਲਾਂ ਇਹ ਜਿਵੇਂ ਹੁਣ ਦੂਜੇ ਏ 'ਚ ਜਾ ਰਿਹਾ, ਏ ਮਤਲਬ ਇਹਦਾ ਲੋਹ ਆ ਜੌਂਡੀਅਰ 'ਚ, ਸੈਕਿੰਡ ਲੋਹ 'ਚ ਜਾ ਰਿਹਾ। ਇੱਧਰ ਦੇਖੋ ਪੂਰਾ ਐਨ ਉਹ ਦੂਜੇ 'ਤੇ ਆ, ਪੀ ਟੀ ਵਾਲੀ ਰੇਸ 'ਤੇ ਆ ਇਹ, ਚੈੱਕ ਕਰਿਓ ਫਿਰ। ਪੈਂਦਾ ਫਰਕ ਕਿਉਂ ਟਰਬੋ ਵਾਲਾ ਕੰਮ ਆ ਫਿਰ ਇਹ ਗੱਲਬਾਤ ਬਾਈ, ਉਹਨਾਂ ਨੇ ਫੁੱਲ ਬਣਾ ਦੀ ਟਰੈਕਟਰ ਦੀ, ਨਾਲੇ ਏਡੇ ਚੌੜੇ ਟਾਇਰ ਪਾਏ ਹੋਏ ਆ ਤਾਂ ਵੀ ਨੀ ਆਰ ਪੀ ਐਮ ਡਰੋਪ ਕਰਦਾ। ਬਾਕੀ ਹਲ ਤਵੀਆਂ ਸਾਰੇ ਪਿਛਲੇ ਬਲੌਗ ਜਾ ਕੇ ਦੇਖ ਲਓ, ਆਪਾਂ ਸਾਰਿਆਂ ਦੇ ਚੈੱਕ ਕਰਾਇਆ ਹੋਇਆ। ਤੁਹਾਨੂੰ ਤਾਂ 18 ਸੀਗੇ ਆਪਣੇ ਕੋਲ, ਦੂਜੀਆਂ ਤਵੀਆਂ ਸੀਗੀਆਂ 18, ਉਹਨਾਂ 'ਤੇ ਵੀ ਪੂਰਾ ਐਨ ਚੈੱਕ ਕਰਾਇਆ ਹੋਇਆ। ਪਹਿਲੇ ਹਾਈ 'ਚ ਵੀ ਚੱਲਦਾ, ਦੂਜੇ ਹਾਈ 'ਚ ਵੀ, ਤੀਜੇ 'ਚ ਤਾਂ ਚਲੋ ਬਾਹਲੀ ਫਾਸਟ ਹੋ ਜਾਂਦਾ ਪਰ ਚੱਲਦਾ ਤੀਜੇ 'ਚ ਵੀ, ਮਤਲਬ ਫੁੱਲ ਗੱਲਬਾਤ ਬਣ ਗਈ ਆ। ਟਰਬੋ ਦਾ ਪੈਂਦਾ ਫਰਕ ਜਿਹੜੇ ਕਹਿੰਦੇ ਆ ਫਰਕ, ਬਾਕੀ ਤੇਲ ਦਾ ਖਰਚਾ ਘੱਟ ਗਿਆ, ਤੇਲ ਦਾ ਖਰਚਾ ਬਹੁਤ ਘੱਟ ਗਿਆ। ਆਖਰੀ ਕਿਹੜਾ ਰਹਿ ਗਿਆ, ਬਾਕੀ ਮੇਰੇ ਵੀਰੋ ਜਿਵੇਂ ਮਰਜ਼ੀ ਬੱਟ ਟਪਾ ਦਿਓ, ਖੜਾ ਨਹੀਂ ਹੁੰਦਾ ਮੂਹਰੋਂ। ਜਿਹੜਾ 380 ਕਿਲੋ ਪਾਇਆ ਹੋਇਆ ਨਾ ਵਜਨ, 3 ਕੁਇੰਟਲ ਉਹੀ ਹੋ ਗਿਆ, 380 ਹੁੰਦਾ 3 ਕੁਇੰਟਲ, ਇਹ ਸਾਰਾ ਉਹਦਾ ਅਸਰ ਆ। ਜਮਾਂ ਹੀ ਨਹੀਂ ਮੂਹਰੋਂ ਤਾਂ ਹੁਣ ਉੱਠਦਾ, ਜਿੰਨੀ ਮਰਜ਼ੀ ਚਾਹੇ ਵਜਨ ਹੋਵੇ, ਮਗਰ ਟਰਾਲੀਆ ਵੇਲੇ ਵੀ ਤੁਸੀਂ ਦੇਖ ਲਿਆ। ਅਤੇ ਬਾਕੀ ਚਲੋ ਫਿਰ ਹੁਣ ਘਰੇ ਲਈ ਚੱਲਦੇ ਹਾਂ, ਅਤੇ ਘਰੇ ਪਹੁੰਚ ਕੇ ਮਿਲਦੇ ਹਾਂ ਤੁਹਾਨੂੰ। ਬਾਕੀ ਇੱਕ ਆਹ ਲਾਈਟ ਜੀ ਲਮਕ ਗਈ, ਆਪਾਂ ਉੱਥੋਂ ਫੈਵੀਕਵਿੱਕ ਫੜ ਲਾਂਗੇ, ਇਹ ਚਮਕਾ ਦਾਂਗੇ। ਇਹ ਜਦੋਂ ਮੈਂ ਖੰਭੇ ਕੋਲ ਦੀ ਕੱਢਣ ਲੱਗਿਆ ਨਾ, ਉਹ ਤਾਰ 'ਚ ਫਸ ਗਈ ਸੀਗੀ, ਕੋਈ ਨਹੀਂ ਇੰਨਾ ਕੁ ਤਾਂ ਹੋ ਜਾਂਦਾ, ਅਤੇ ਆਪਾਂ ਫੈਵੀਕਵਿੱਕ ਫੜ ਲਾਂਗੇ ਉੱਥੋਂ। ਚੱਲੀਏ ਫਿਰ। ਲਓ ਜੀ ਇੰਨਾ ਕੰਮ ਸੀਗਾ, ਆਪਾਂ ਉਦੋਂ ਹੱਟੀ ਤੋਂ ਫੈਵੀਕਵਿੱਕ ਫੜ ਲਈ ਅਤੇ ਚਮੇੜਤੀ, ਦੇਖ ਲਓ ਇੰਨਾ ਕੁ ਕੰਮ ਸੀ ਡਰਾਈਵਰਾ। ਹੁਣ ਕੀ ਬਣਾਉਣਾ ਫਿਰ, ਆ ਮੋੜ 'ਤੇ ਆਈ ਦੀ ਲੋੜ ਹੀ ਨਹੀਂ ਬਈ, ਇੱਕ ਨਾਲੀ ਖੜ ਗਿਆ ਡਰਾਈਵਰ, ਕਹਿੰਦੇ ਗੰਨੇ ਦਾ ਰਸ ਬਣਾਉਣ ਲੱਗਿਆ, ਦਿਖਾਉਣੇ ਆ। ਲਓ ਜੀ ਕਹਿੰਦੇ ਲਾ ਤਾ ਆਪਾਂ ਰੂਟਾਵੇਟਰ, ਮੈਂ ਅਤੇ ਡਰਾਈਵਰ ਨੇ ਹੱਥ ਮੱਚ ਗਏ ਆ, ਉਹ ਪੀ ਟੀ ਓ ਕਿੰਨੀ ਗਰਮ ਸੀ ਹੈ ਨਾ।
ਸੇਕ ਮਾਰਦੀ ਆ, ਹੱਥ ਮਚਾ ਦੇ ਉਹਨੇ ਤਾਂ ਮਸਾ ਲਾਹੀ ਆ, ਇਹ ਵੀ ਤਾਂ ਮਾਰੂਗਾ ਹੀ ਸੇਕ। ਬਾਕੀ ਵਧੀਆ ਰਿਹਾ, ਨਾ ਟਰੈਕਟਰ ਗਰਮ ਹੋਇਆ, ਕੁਛ ਵੀ ਨਹੀਂ ਹੋਇਆ, ਉਹਨੇ ਵਧੀਆ ਰਿਹਾ। ਚਲੋ ਫਿਰ ਹੁਣ ਇਹਨੂੰ ਅੰਦਰ ਲਾ ਦਈਏ ਅਤੇ ਦਿਖਾਉਂਦੇ ਹਾਂ ਬਾਕੀ ਤੁਹਾਨੂੰ ਗਾਹਾਂ। ਚਲੋ ਜੀ ਮੇਰੇ ਵੀਰੋ, ਅੱਜ ਦਾ ਵਲੋਗ ਆਪਾਂ ਓਰੀਐਂਟ ਕਰਦੇ ਹਾਂ ਅਤੇ ਸਭ ਨੂੰ ਮਿਲਦੇ ਹਾਂ ਅਗਲੇ ਵਲੋਗ ਦੇ ਵਿੱਚ।